चोरां वल्लों गुरु घरां नूं भी नहीं बख्शिया जा रहा ते इन्हां चोरां ने एक नहीं सगो तीन तीन गुरु घरां नूं अपना निशाना बनाया ते गोलक चुक के ही लै गए अते इह सारी वारदात सीसीटीवी कैमरे च कैद हो गई है जिस दे विच वेख्या जा सकदा है कि किस तरह यह चोर पूरा गोलक ही चुक के लै जांदा है। फिलहाल सीसीटीवी तस्वीरां दे विच इस चोर दा चेहरा भी साफ नजर आ रहा है। इस घटना तो बाद हुण पुलिस ने सीसीटीवी कैमरे के आधार से चोरों के खिलाफ मामला दर्ज कर लिया ते चोरों की भाल भी शुरू कर दी है। यह घटना जलालाबाद तो सामने आई है जिथे तीन पिंडा दे विच एक ही रात चोरों ने तीन गुरुद्वारों नूं अपना निशाना बनाया अते गोलक ही चुक के लै गए। दसिया जा रहा है कि जलालाबाद के पिंड गुभाया चक मोहन वाला अते जल्ले वाला पिंड दे विच गुरु घरां दे विच चोर दाखिल होए जिन्हां ने चोरी की वारदात नूं अंजाम दिता। जो असीं गुरुद्वारा साहिब आए हैं तकरीबन 5:30 मिनट का टाइम जी जदों अंदर एंट्री की जंगला टुटिया होया सी फिर मैं बुलाया दो चार सिंह होर साडे कोल आ गए एक सोढ़ी जिहड़ा सी सोढ़ी दा डैडी सी जी ते फिर असीं सरदार निर्मल सिंह नूं फोन लाया ਉਹ ਕਹਿੰਦੇ ਤੁਸੀਂ ਐਂ ਕਰੋ ਵੀ ਅੰਦਰ ਜਦੋਂ ਬੂਹਾ ਖੋਲੋ ਅਤੇ ਦੇਖੋ ਵੀ ਹੋਰ ਕਿਤੇ ਨੁਕਸਾਨ ਨਹੀਂ ਹੋਇਆ ਅਤੇ ਅਸੀਂ ਦੇਖਿਆ ਤਾਂ ਗੋਲ ਕੱਟੀ ਹੋਈ ਸੀ ਜੀ ਬਾਕੀ ਨੁਕਸਾਨ ਪੈ ਗਿਆ। ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਹੀ ਸਲਾਮਤ ਨੇ ਜੀ? ਹਾਂਜੀ ਉਹ ਸਹੀ ਸਲਾਮਤ ਸੀ ਠੀਕ। ਸ਼ਾਸਨ ਤੋਂ ਮੰਗ ਕਰਨਾ ਵੀ ਸਾਨੂੰ ਜਿੰਨਾ ਜਲਦੀ ਉਹ ਚੋਰਾਂ ਦਾ ਪਤਾ ਲੱਗਿਆ ਜਾਵੇ ਜੀ ਹਾਂਜੀ ਅਤੇ ਵਾਪਸ ਮਾਰ ਦਿੱਤਾ ਜਾਵੇ ਉਹਨਾਂ ਨੂੰ ਜਿੰਨੀ ਸਜ਼ਾ ਦਿੱਤੀ ਜਾਵੇ ਹੋਰ ਲੋਕ ਡਰਨ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। ਮਾੜੀ ਥੋੜਾ ਉਹਨਾਂ ਗੁਰੂ ਘਰ ਨੂੰ ਨਹੀਂ ਬਖਸ਼ਿਆ ਜੀ ਤੇ ਮੰਨ ਲਓ ਉਹ ਹੋਰ ਕਿਸੇ ਤੇਰੇ ਮੈਂ ਬਖਸ਼ ਨਹੀਂ ਦਿਖਾ ਦਿੰਦਾ ਜਿੰਨਾ ਗੁਰੂ ਘਰ ਨੂੰ ਆਪਾਂ ਆਮ ਸਾਰੇ ਗੁਰੂ ਘਰ ਨੂੰ ਮੰਨਦੇ ਹਾਂ ਗੁਰੂ ਦਾ ਪੈ ਰੱਖਣਾ ਮਨ ਵਿੱਚ ਜੇ ਮੰਨ ਉਹਨਾਂ ਗੁਰੂ ਦਾ ਪੈ ਨਹੀਂ ਰੱਖਿਆ ਤੇਰੇ ਮੇਰੇ ਕੋਲ ਮੈਂ ਕਿਸੇ ਮਿਲੇ ਜਾਂ ਖੜੇ ਵੀ ਉਹ ਸੋਰੀ ਕਰ ਸਕਦੇ ਹਾਂ ਜੀ ਹਾਂਜੀ ਅਸੀਂ ਤਾਂ ਮੰਗ ਕਰਦੇ ਹਾਂ ਵੀ ਜਿੰਨਾ ਜਲਦੀ ਹੋ ਸਕੇ ਚੋਰਾਂ ਦੀ ਦੇਖਭਾਲ ਕੀਤੀ ਜਾਵੇ ਉਹਨਾਂ ਨੂੰ ਪੂਰੀ ਸਜ਼ਾ ਦਿੱਤੀ ਜਾਵੇ ਕਿਉਂਕਿ ਆਲੇ ਦੁਆਲੇ ਲੋਕਾਂ ਨੂੰ ਡਰ ਪੈ ਜਾਵੇ ਵੀ ਜਿਹੜੀ ਗੁਰੂ ਘਰ ਦੀ ਚੋਰੀ ਕਰਨੇ ਆ ਜਾਂ ਕਿਸੇ ਦਾ ਵੀ ਚੋਰੀ ਕਰਨੇ ਆ ਲੱਗੀ ਮਾਰਨਾ ਤਾਂ ਉਹਨਾਂ ਨੂੰ ਅਸਲਾਮ ਮਿਲ ਜਾਈਏ ਲੋਕਾਂ 'ਚ ਪਤਾ ਲੱਗ ਜਾਵੇ ਠੀਕ ਹੈ ਵੀ ਚੋਰਾਂ ਦਾ ਆ ਹਾਲ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਹੋ ਜਦੋਂ ਅੰਮ੍ਰਿਤ ਵੇਲੇ ਡੇਲੀ ਆਈਦਾ ਹੈ ਉਸ ਤਰ੍ਹਾਂ ਮੈਂ ਆਪਣੇ ਗੁਰਦੁਆਰੇ ਸਾਹਿਬ ਆਇਆ ਹਾਂ ਜੋ ਕਿ ਬਾਹਰਲੇ ਗੇਟ ਦਾ ਤਾਲਾ ਉੱਦਾਂ ਲੱਗਾ ਹੋਇਆ ਸੀ। ਮੈਂ ਤਾਲੀ ਖੋਲ੍ਹਣ ਤੋਂ ਪਹਿਲਾਂ ਨਿਗਾਹ ਮਾਰੀ ਹੈ ਜੋ ਕਿ ਸਾਡੇ ਅੰਦਰ ਵਾਲੇ ਦੇ ਗੁਰਦੁਆਰੇ ਦਾ ਗੇਟ ਖੁੱਲ੍ਹਾ ਸੀ ਅਤੇ ਮੈਂ ਆਸ ਪਾਸ ਦੇ ਮੈਂਬਰ ਸਰਪੰਚਾਂ ਨੂੰ ਫੋਨ ਕਰਕੇ ਬੁਲਾਇਆ ਉਸ ਤੋਂ ਬਾਅਦ ਦਾਸ ਵੀ ਅੰਦਰ ਫੇਰ ਹੀ ਗਿਆ ਹੈ ਸਾਰਿਆਂ ਨੂੰ ਸੱਦ ਕੇ ਜਦ ਅੰਦਰ ਜਾ ਕੇ ਦੇਖਿਆ ਗਿਆ ਤਾਂ ਸਾਡੇ ਗੋਲਕ ਦੀ ਜਿਹੜੇ ਗੁਰਦੁਆਰੇ ਦੀ ਗੋਲਕ ਸੀ ਉਹ ਚੋਰੀ ਹੋ ਚੁੱਕੀ ਸੀ। ਉਹ ਸਾਰੇ ਇਕੱਠੇ ਹੋ ਕੇ ਦੇਖਿਆ ਫਿਰ ਅਸੀਂ ਸਰੂਪ ਚੈੱਕ ਕੀਤੇ ਕਿ ਸਾਡੇ ਸਰੂਪਾਂ ਨੂੰ ਤਾਂ ਨਹੀਂ ਛੇੜਿਆ ਗਿਆ ਸਰੂਪ ਬਿਲਕੁਲ ਸਹੀ ਸੀ ਬਾਕੀ ਸਾਡੇ ਅੰਦਰ ਜੋ ਪੇਟੀਆਂ ਨੇ ਔਰ ਜੋ ਸਾਡੇ ਟਰੰਕ ਹਨ ਉਹ ਸਾਰੇ ਫਰੋਲੇ ਪਏ ਸੀਗੇ। ਗੋਲਕ ਦੇ ਵਿੱਚ ਤਕਰੀਬਨ 5-6 ਮਹੀਨਿਆਂ ਦਾ ਪੈਸਾ ਸੀ ਜਿਹੜਾ ਹੈ 8-10 ਹਜ਼ਾਰ ਦੇ ਵਿੱਚ ਹੈਗਾ ਸੀ ਜੋ ਅਸੀਂ ਜੋੜ ਕੇ ਇਕੱਠਾ ਕਰ ਰਿਹਾ ਸੀ ਵੀ ਗੁਰਦੁਆਰੇ ਦੀ ਅੰਦਰ ਫਿਟਿੰਗ ਕਰਾਈ ਜਾਏਗੀ ਜਾਂ ਕੋਈ ਕੈਮਰੇ ਸਾਡੇ ਦੋ ਖਰਾਬ ਹਨ ਉਹ ਲਿਆ ਕੇ ਲਾਵਾਂਗੇ। ਉਹ ਜਦੋਂ ਸਵੇਰੇ ਪਤਾ ਲੱਗਾ ਤਾਂ ਸਾਡੇ ਇਸ ਤਰ੍ਹਾਂ ਸਾਰੀ ਚੋਰੀ ਹੋ ਗਈ ਹੈ ਕੋਈ ਸਾਨੂੰ ਸਬੂਤ ਨਹੀਂ ਮਿਲ ਰਿਹਾ ਹੁਣ ਪੈਰ ਬਈ ਪੁਲਿਸ ਕੋਲ ਜਾ ਰਿਹਾ ਪੁਲਿਸ ਕਰ ਰਹੀ ਹੈ ਵੇਖੋ ਕੀ ਦੱਸਦੇ ਹਨ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਜੋ ਤਿੰਨ ਗੁਰਦੁਆਰਿਆਂ 'ਚ ਚੋਰੀ ਹੋਈ ਹੈ ਪਹਿਲਾਂ ਚੱਕ ਮੋਚਣ ਵਾਲੇ ਫਿਰ ਜਵਾਲੇ ਵਾਲੇ ਫਿਰ ਘਵਾਏ ਇਹ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ। ਇਹ ਪ੍ਰਸ਼ਾਸਨ ਚੋਰਾਂ ਨੂੰ ਕਿਉਂ ਛੱਡਦੀ ਹੈ? ਇਹ ਛੱਡ ਦਿੰਦੇ ਨੇ ਬੰਦੇ ਫੜਾਉਂਦੇ ਨੇ ਛੱਡ ਦਿੰਦੇ ਨੇ ਚੋਰਾਂ ਨੂੰ ਨਾ ਹੀ ਨਾ ਤਾਂ ਲੈਣ ਦੇਣ ਹੈਗਾ ਪੁਲਿਸ ਨਾਲ ਇਹਨਾਂ ਦੇ ਮਹੀਨੇ ਮੁੱਕੇ ਨੇ ਚੋਰਾਂ ਦੇ ਇਹ ਛੱਡ ਦਿੰਦੇ ਨੇ ਕਿੰਨਾ ਕੁ ਇੱਥੇ ਸਮੇਂਗਾ ਕੋਈ ਕਰੇਗਾ ਆਪਾਂ ਦੀ ਰੋਟੀ ਪੱਕਦੀ ਹੈ। ਹਾਂ ਪੰਚਾਇਤਾਂ ਨੂੰ ਦੇਣ ਆਰਡਰ ਮੈਨੂੰ ਕੱਲ੍ਹ ਨੂੰ ਦੇ ਦੇਣ ਆਰਡਰ ਵੀ ਚੋਰਾਂ ਨੂੰ ਫੜ ਕੇ ਮਾਰਨਾ ਸੀ ਮਾਰ ਦਿਆਂਗੇ ਯਾਰ ਸਾਡੇ 'ਤੇ ਕੋਈ ਕਾਰਵਾਈ ਨਾ ਹੋਵੇ ਇਹ ਪ੍ਰਸ਼ਾਸਨ ਸਾਰਾ ਰਲਿਆ ਜਿਹੜਾ ਬੰਦਾ ਹੁਣ ਛੇੜਖੜ ਕਰੇਗਾ ਉਹ ਆਪ ਚੋਰਾਂ ਨਾਲ ਉਲਟਾ ਦੂਜਿਆਂ ਦੇ ਭਲੇ ਮਾਰ ਸਕਦੇ ਪਰਚਾ ਹੋਏਗਾ ਜਿਹਨਾਂ ਦੀ ਚੋਰੀ ਹੁੰਦੀ ਗੋਲਕੀ ਨਾਲੇ ਲੈ ਗਏ ਨੇ 5-10 ਹਜ਼ਾਰ ਰੁਪਈਆ ਸੀਗਾ 6 ਮਹੀਨਿਆਂ ਦਾ ਇਕੱਠ ਕੀਤਾ ਸੀ। ਚਲੋ ਕੋਈ ਗੁਰਦੁਆਰੇ ਦਾ ਕੰਮ ਕਾਰ ਹੁੰਦਾ ਹੈ ਭਾਂਡਾ ਲਿਆਉਣ ਦਾ ਕਿੱਦਾਂ ਹੋਣਾ ਵੀ ਕਰਾਂਗੇ ਅਸੀਂ ਕੁਛ ਨਹੀਂ ਜੀ ਪੁਲਿਸ ਕਹਿੰਦੀ ਆ ਲੱਭ ਲਾਂਗੇ ਪਰ ਇਹ ਡੰਪ ਮਾਰਨ ਇਹ ਪ੍ਰਸ਼ਾਸਨ ਨੂੰ ਸਾਰਾ ਪਤਾ ਹੁੰਦਾ ਹੈ ਡੰਪ ਮਾਰਨ ਕਿਉਂ ਨਹੀਂ ਚੋਰ ਲੱਭਦਾ ਲੱਭ ਜਾਏਗਾ ਜਦੋਂ ਕਿਸੇ ਗੈਂਗਸਟਰ ਨੂੰ ਫੜਨਾ ਹੁੰਦਾ ਡੰਪ ਮਾਰਦੇ ਨੇ ਜੀ ਜੀ ਇਹਨੂੰ ਫੜਨ ਚੋਰਾਂ ਨੂੰ ਹੈਲੋ ਡੰਪ ਮਾਰ ਕੇ ਅਸੀਂ ਤਾਂ ਇਹ ਕਹਿੰਦੇ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਹਾਂਜੀ ਹਾਂਜੀ ਬੋਲੋ ਹੋ ਸਕਦਾ ਹੈ ਇਹ ਚੋਰ ਕੋਈ ਛੇੜਖਾਂ ਨਹੀਂ ਕਰ ਜਾਂਦੇ ਅੰਗਾਂ ਨਾਲ ਹੀ ਹਾਂ ਬੋਲੋ ਜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਇੱਥੇ ਤਾਂ ਹਾਹਾਕਾਰ ਮਰ ਜਾਂਦੇ ਸੀ ਜਿਵੇਂ ਤਿੰਨ ਗੁਰਦੁਆਰੇ ਚੋਰੀ ਜਰਨੈਲ ਸਿੰਘ ਜੀ।